ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰਨਾਵਤ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਮੇਰੇ ਨਾਲ ਨੇ ਸਰਦਾਰ ਨਰਿੰਦਰਪਾਲ ਸਿੰਘ। ਇੱਕ ਵਾਰੀ ਸਭ ਨੂੰ ਫਿਰ ਬੇਨਤੀ ਹੈ ਕਿ ਜਿਨ੍ਹਾਂ ਨੇ ਸਾਡਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ, ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਜਾਂ ਕੋਈ ਡਿਬੇਟ ਕਰਦੇ ਹਾਂ ਉਹ ਤੁਹਾਡੇ ਤੱਕ ਉਹਦਾ ਸੁਨੇਹਾ ਪਹੁੰਚ ਜਾਏ ਔਰ ਸਾਡਾ ਤੁਹਾਡਾ ਰਿਸ਼ਤਾ ਬਿਹਤਰ ਤਰੀਕੇ ਨਾਲ ਅੱਗੇ ਵੱਧ ਸਕੇ। ਸਰਦਾਰ ਸਾਹਿਬ, ਅੱਜ ਬੜਾ ਮੁਕੱਦਸ ਦਿਨ ਹੈ ਔਰ ਸਾਲਾਂ ਦੀ ਉਡੀਕ, ਲਗਭਗ 2-3 ਸਾਲ ਤੋਂ ਇਹ ਸ਼ਤਾਬਦੀ, ਅਰਧ ਸ਼ਤਾਬਦੀ ਬਾਬੇ ਦੀ ਮਨਾਈ ਜਾਣ ਦੀ ਇੱਕ ਗੱਲ ਤੁਰਦੀ ਸੀ, ਲੇਕਿਨ ਅੱਜ ਦੇ ਦਿਨ ਜਿਹੜੇ ਸਮਾਗਮ ਸੁਲਤਾਨਪੁਰ ਲੋਧੀ 'ਚ ਹੋ ਰਹੇ ਆ, ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਇਹ ਸਾਡੀ ਗੱਲ ਕਰਨੀ ਬਣਦੀ ਕਿ ਨਹੀਂ ਬਣਦੀ, ਕਿ ਇੱਕ ਰਾਸ਼ਟਰ, ਇੱਕ ਰਾਸ਼ਟਰਪਤੀ ਜੀ, ਇੱਕ ਬਾਬਾ ਜੀ ਔਰ ਇੱਕ ਹੀ ਸੁਲਤਾਨਪੁਰ ਲੋਧੀ। ਬਿਲਕੁਲ, ਵੇਈਂ ਦੇ ਇੱਕ ਪਾਸੇ ਅਕਾਲੀਆਂ ਦੀ ਸਟੇਜ ਹੈ ਜੀ ਅਤੇ ਦੂਜੇ ਬੰਨੇ ਕਾਂਗਰਸੀਆਂ ਦੀ ਸਟੇਜ ਜੀ। ਹੁਣ ਬਾਬਾ ਵੇਈ ਦੇ ਇਸ ਪਾਸੇ ਜਾਵੇ ਕਿ ਇਸ ਪਾਸੇ ਜਾਵੇ ਜੀ, ਸੰਗਤ ਇੱਧਰ ਰਵੇ ਕਿ ਉੱਧਰ ਜਾਵੇ ਜੀ, ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਦੋਨਾਂ ਥਾਵਾਂ 'ਤੇ ਜਾਣਾ ਪੈ ਰਿਹਾ। ਬਿਲਕੁਲ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਕੇ ਜੀ, ਗੁਰੂ ਦੀ ਅਸੀਸ ਲੈ ਕੇ ਜੀ, ਦੇਸ਼ ਦੇ ਰਾਸ਼ਟਰਪਤੀ ਜਦੋਂ ਦੋਵੇਂ ਪਾਸੇ ਜਾਣਗੇ ਜੀ, ਤਾਂ ਉਹਨਾਂ ਦੇ ਮਨ ਦੇ ਵਿੱਚ ਕੀ ਹੋਊਗਾ? ਫਿਰ ਆਮ ਸਿੱਖ ਜਿਹੜੇ ਰਾਸ਼ਟਰਪਤੀ ਕਰਕੇ ਇਸ ਦਿਨ ਜੁੜਨਗੇ, ਜਿਹੜੇ ਆਮ ਸਿੱਖ ਨਹੀਂ, ਜਿਹੜੇ ਆਮ ਲੋਕ ਨੇ ਸਿੱਖਾਂ ਤੋਂ ਬਿਨਾਂ, ਉਹਨਾਂ ਦੇ ਅੰਦਰ ਕੀ ਸੁਨੇਹਾ ਜਾਊਗਾ ਕਿ ਇੱਕੋ ਹੀ ਜਗ੍ਹਾ 'ਤੇ ਰਾਸ਼ਟਰਪਤੀ ਦੋ ਧਿਰਾਂ ਕੋਲ ਜਾ ਰਿਹਾ? ਇਹ ਸਿੱਖ ਕਿਹੜੇ ਨੇ ਜੀ, ਇਹ ਸਿੱਖ ਕਿਹੜੇ ਨੇ ਜੀ, ਇਹ ਕਿਹੜੇ ਗੁਰੂ ਦੇ ਸਿੱਖ ਨੇ, ਇਹ ਕਿਹੜੇ ਗੁਰੂ ਦੇ ਸਿੱਖ ਨੇ? ਸੋ ਇਹ ਇੱਕ ਸਵਾਲ ਖੜਾ ਕਰਤਾ ਅੱਜ ਦੇ ਦਿਨ ਲਈ। ਮੈਂ ਸਮਝਦਾ ਸੀ ਕਿ ਜੇ ਰਾਸ਼ਟਰਪਤੀ ਨੇ, ਕਿਉਂਕਿ ਉਹ ਤਾਂ ਪ੍ਰੋਟੋਕੋਲ ਅਨੁਸਾਰ ਚੱਲਦੇ ਜੀ, ਦੇਸ਼ ਦੇ ਸੰਵਿਧਾਨ ਅਨੁਸਾਰ ਜੋ ਰਾਸ਼ਟਰਪਤੀ ਦੀਆਂ ਜ਼ਿੰਮੇਵਾਰੀਆਂ ਨੇ ਜੀ, ਉਹ ਤਾਂ ਨਾ ਕਰ ਸਕਦੇ ਸੀ, ਲੇਕਿਨ ਫਿਰ ਰੌਲਾ ਪੈਣਾ ਸੀ ਕਿ ਦੇਸ਼ ਦਾ ਰਾਸ਼ਟਰਪਤੀ ਸਿੱਖਾਂ ਦੇ ਇਸ ਵੱਡੇ ਦਿਨ ਦੇ ਉੱਤੇ ਆਪਣੀ ਗੱਲ ਨਹੀਂ ਕਹਿ ਕੇ ਗਿਆ ਜੀ। ਹੁਣ ਸਾਡੇ ਬਹੁਤ ਵੱਡੇ ਸੋ ਕਾਲਡ ਲੀਡਰ ਜਿਹੜੇ ਆ ਜੀ, ਇਹਨਾਂ ਨੇ ਜੇ ਆਹ ਚੰਦ ਚਾੜ ਨਹੀਂ ਜੀ, ਤੇ ਇਹਦੇ ਨਾਲੋਂ ਤੇ ਇਹ ਸ਼ਤਾਬਦੀ ਲੋਕਾਂ ਨੂੰ ਮਨਾਉਣ ਦਿੰਦੇ, ਆਪ ਵਿੱਚ ਆਉਂਦੇ ਹੀ ਨਾ ਜੀ। ਗੁਰਬਾਣੀ ਦਾ ਇੱਕ ਕਥਨ ਹੈ, ਰਾਜ ਮਾਲ ਰੂਪ ਜਾਤ ਜੀ, ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਨੀ ਠੱਗੀ ਜਗ ਠੱਗਿਆ ਕਿਸੇ ਨਾ ਰੱਖੀ ਲੱਜ। ਇਹ ਪੰਜ ਵਿਕਾਰ ਐਸੇ ਨੇ ਸੰਸਾਰ ਦੇ ਅੰਦਰ ਜਿਨ੍ਹਾਂ 'ਚ ਰਾਜ ਵੀ ਆ, ਤੁਹਾਡੀ ਅਮੀਰੀ ਵੀ ਆ, ਤੁਹਾਡਾ ਰੂਪ ਵੀ ਆ, ਤੁਹਾਡੀ ਜਾਤ ਵੀ ਆ, ਤੁਹਾਡਾ ਜੋਬਨ ਵੀ ਆ, ਇਹ ਸੰਸਾਰ ਨੂੰ ਠੱਗਣ ਤੋਂ ਵੱਧ ਕੁਛ ਨਹੀਂ ਹੈਗੇ। ਔਰ ਜਦੋਂ ਇਹ ਠੱਗਣ 'ਤੇ ਤੁਰ ਪੈਂਦੇ ਨੇ ਤਾਂ ਫਿਰ ਇਹਨਾਂ ਦੀ ਲੱਜ ਰੱਖਣ ਵਾਲਾ ਕੋਈ ਨਹੀਂ ਹੈ ਸੰਸਾਰ ਦੇ ਵਿੱਚ। ਇਹ ਗੁਰਬਾਣੀ ਦੀ ਇਸ ਕਥਨ ਨੂੰ ਪੜ੍ਹਦਿਆਂ ਵਿਚਾਰਦਿਆਂ ਬੜੀ ਵਾਰੀ ਇਹ ਮਨ 'ਚ ਆਉਂਦਾ ਕਿ ਇਹ ਸਾਡੇ ਜੀਵਨ 'ਤੇ ਲਾਗੂ ਹੁੰਦਾ, ਲੇਕਿਨ ਅੱਜ ਸਾਡੇ ਸਾਹਮਣੇ ਆ, ਉਹਨਾਂ ਨੂੰ ਹੰਕਾਰ ਆ ਕਿ ਉਹ ਇਸ ਸੂਬੇ ਦੇ ਪ੍ਰਸ਼ਾਸਨ ਨੇ ਜੀ, ਚਲਾ ਰਹੇ ਨੇ, ਸ਼ਾਸਕ ਨੇ ਜੀ। ਅਸੀਂ ਆ ਸਾਰੀਆਂ ਸੜਕਾਂ ਬਣਾਈਆਂ, ਅਸੀਂ ਆ ਗਲੀਆਂ ਬਣਾਤੀਆਂ, ਇਸ ਕਰਕੇ ਸਾਡਾ ਹੱਕ ਬਣਦਾ ਕਿ ਬਾਬਾ ਸਾਡਾ। ਦੂਸਰੇ ਜਿਹੜੇ ਆ ਉਹ ਕਹਿੰਦੇ ਕਿ ਬਾਬੇ ਦੇ ਨਾਂ ਦੀ ਜਿਹੜੀ ਚੜ੍ਹਤ ਆ ਰਹੀ ਆ ਉਹ ਤਾਂ ਸਾਡੇ ਖਜ਼ਾਨੇ 'ਚ ਜਾ ਰਹੀ, ਗੁਰਦੁਆਰੇ ਸਾਡੇ ਕਬਜ਼ੇ 'ਚ, ਗੁਰਦੁਆਰੇ ਸਾਡੇ ਕਬਜ਼ੇ 'ਚ, ਇਸ ਕਰਕੇ ਬਾਬਾ ਸਾਡਾ। ਲੇਕਿਨ ਸਵਾਲ ਇਹ ਆ ਕਿ ਬਾਬਾ ਕਿਹਨਾਂ ਵਾਲਾ ਹੈ? ਬਾਬੇ ਨੇ ਇੱਕ ਲੀਕ ਮਾਰੀ ਹੋਈ ਹੈ ਕਿ ਨੀਚਾਂ ਅੰਦਰ ਨੀਚ ਜਾਤ, ਜਿਹੜੇ ਬਿਲਕੁਲ ਨੀਵੇਂ ਨੇ, ਜਿਹੜੇ ਅੰਦਰੋਂ ਨੀਵੇਂ ਨੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆ ਸਿਓ ਕਹਿ ਰਹੀ ਸੀ। ਹੁਣ ਇਹ ਜਵਾਬ ਇਹ ਦੇਣ ਕਿ ਇਹ ਜਿਹੜੇ ਲੋਕ 8-8 ਗੱਡੀਆਂ ਹੂਟਰ ਮਾਰਦੇ ਜਾਂਦੇ ਨੇ, 40-40 ਗੱਡੀਆਂ ਲੈ ਕੇ ਨਿਕਲਦੇ ਨੇ, ਕੀ ਬਾਬਾ ਇਹਨਾਂ ਦੇ ਨਾਲ ਖਲੋਤਾ? ਜਾਂ ਜਿਹੜੀ ਸੰਗਤ ਰਾਤ ਅਸੀਂ ਲਾਈਵ ਦੇਖਦੇ ਰਹੇ ਹਾਂ ਪ੍ਰੋਗਰਾਮ, ਜਿਹੜੀ ਸੰਤ ਘਾਟ ਤੋਂ ਲੈ ਕੇ ਬੇਰ ਸਾਹਿਬ ਤੱਕ ਨੰਗੇ ਪੈਰੀਂ ਜਾ ਰਹੀ ਸੀ, ਕੱਲ੍ਹ ਇੱਕ ਖਬਰ ਸੀ ਕਿ 5000 ਦਾ ਜਥਾ ਜੀਰੇ ਤੋਂ ਨੰਗੇ ਪੈਰੀਂ ਚੱਲ ਕੇ ਬੇਰ ਸਾਹਿਬ ਸੁਲਤਾਨਪੁਰ ਲੋਧੀ ਪੁੱਜਾ, ਬਾਬੇ ਦੇ ਗੁਣ ਗਾਉਂਦਾ ਹੋਇਆ। ਬਾਬਾ ਕਿਹਨਾਂ ਦੇ ਨਾਲ ਖਲੋਤਾ ਹੋਏਗਾ? ਜੇ ਇਹ ਨਹੀਂ ਹੈ ਤਾਂ ਫਿਰ ਇਹ ਵੀ ਦੇਖ ਲਿਆ ਜਾਵੇ ਕਿ ਜਿਸ ਦਿਨ 9 ਤਰੀਕ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਹੁੰਦਾ, ਇੱਕ ਪਾਸੇ ਪੂਰੀ ਸਰਕਾਰ ਹੈ ਸੂਬੇ ਦੀ ਵੀ ਅਤੇ ਦੇਸ਼ ਦੀ ਵੀ, ਅਤੇ ਗਿਣਤੀ ਦੇ ਲੋਕ ਬੰਨ ਕੇ ਬਿਠਾਏ ਹੋਏ ਨੇ, ਟਰਾਲੀਆਂ 'ਚ ਆਏ, ਪਿੰਡਾਂ 'ਚੋਂ ਲਿਆਉਂਦੇ, ਬੰਨ ਕੇ ਪਾਏ ਹੋਏ ਨੇ। ਲੇਕਿਨ ਦੂਸਰੇ ਪਾਸੇ ਲੋਕ ਘੰਟਿਆਂ ਬੈਠੇ ਹੋਏ ਨੇ ਕਿ ਜਿਹਨੇ ਇਹ ਮੌਕਾ ਦਿੱਤਾ ਆ ਉਹਨੂੰ ਤਾਂ ਸੁਣ ਜਾਈਏ। ਬਾਬਾ ਤਾਂ ਸਰਵ ਵਿਆਪਕ ਆ, ਬਿਲਕੁਲ
ਉਹਦਾ ਤਾਂ ਕੋਈ ਪਾਰਾਵਾਰ ਨਹੀਂ ਜੀ, ਲੇਕਿਨ ਅਹਿਮ ਮਸਲਾ ਇਹ ਖੜਾ ਹੋ ਗਿਆ ਕਿ ਜਿਹੜੇ ਲੋਕ ਜ਼ਿੰਮੇਵਾਰ ਨੇ ਪ੍ਰਬੰਧਾਂ ਦੇ ਜੀ, ਉਹਨਾਂ ਨੇ ਪ੍ਰਬੰਧਾਂ ਦੀ ਆੜ ਦੇ ਵਿੱਚ ਆਪਣੇ ਕੱਦ ਵੱਡੇ ਕਰਨ ਦਾ ਤਹੱਈਆ ਕਰ ਲਿਆ। ਬਿਲਕੁਲ, ਉਹਨਾਂ ਨੇ, ਤੁਸੀਂ ਸ਼ਾਇਦ ਇਹ ਖਬਰਾਂ ਪੜ੍ਹੀਆਂ ਨੇ, ਉੱਥੇ ਸਾਡੇ ਲੋਕ ਜਿਹੜੇ ਖੜ੍ਹੇ ਨੇ ਉਹਨਾਂ ਨੇ ਦੱਸਿਆ ਵੀ ਆ ਕਿ ਪੰਡਾਲ ਦੋਵੇਂ ਭਾਵੇਂ ਇਹਨਾਂ ਦਾ ਹੈ ਅਤੇ ਭਾਵੇਂ ਉਹਨਾਂ ਦਾ ਹੈ, ਖਾਲੀ ਜਾ ਰਹੇ, ਖਾਲੀ ਨੇ, ਖਾਲੀ ਨੇ। ਔਰ ਉਹਨਾਂ ਪੰਡਾਲਾਂ ਨੂੰ ਆਕਰਸ਼ਿਤ ਕਰਨ ਲਈ, ਲੋਕਾਂ ਨੂੰ ਉੱਧਰ ਖਿੱਚਣ ਲਈ ਜੀ ਕਈ ਤਰ੍ਹਾਂ ਦੇ ਸਲੋਗਨ ਨੇ, ਬਿਲਕੁਲ ਕਈ ਤਰ੍ਹਾਂ ਦੀਆਂ ਆਵਾਜ਼ਾਂ ਨੇ ਜੀ, ਲੇਕਿਨ ਲੋਕ ਉੱਥੇ ਜਾ ਰਹੇ ਆ ਜਿੱਥੇ ਲੋਕਾਂ ਨੇ ਜਾਣਾ। ਸੋ ਇਸ ਵੇਲੇ ਜਿਹੜਾ ਸਭ ਤੋਂ ਇਹ ਸੁਨੇਹਾ ਨੈਗੇਟਿਵ ਜਾਣ ਦੀ ਸਥਿਤੀ 'ਚ ਅਸੀਂ ਖੜ੍ਹੇ ਹਾਂ ਸਿੱਖ ਕੌਮ, ਬਿਲਕੁਲ ਉਹਨੂੰ ਰੋਕਣ ਦੀ ਇੱਕ ਤਖ਼ਤ ਦੀ ਜ਼ਿੰਮੇਵਾਰੀ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਆਦੇਸ਼ ਕੀਤਾ ਜਾਂਦਾ ਜੀ ਕਿ ਇਹ ਦੋਨੇ ਸਟੇਜਾਂ ਨਾ ਲੱਗਣ। ਜੇ ਆਦੇਸ਼ ਗਿਆ ਸੀ ਫਿਰ ਆਦੇਸ਼ ਮੰਨਿਆ ਕਿ ਨਾ? ਔਰ ਮੈਂ ਇੱਕ ਸਵਾਲ ਹੋਰ ਤੁਹਾਡੇ ਸਾਹਮਣੇ ਰੱਖਣ ਲੱਗਾ ਕਿ ਜਿਹੜੇ ਦਰਸ਼ਕ ਸਾਨੂੰ ਸੁਣਦੇ ਪਏ ਨੇ ਉਹ ਵੀ ਇਸ ਗੱਲ 'ਤੇ ਗੌਰ ਕਰਨਗੇ ਕਿ ਅੱਜ ਰਾਸ਼ਟਰਪਤੀ ਦੋ ਅਲੱਗ ਅਲੱਗ ਸਟੇਜਾਂ ਤੋਂ ਦੋ ਸੰਦੇਸ਼ ਪੜ੍ਹਨਗੇ। ਬਿਲਕੁਲ, ਉਹਨਾਂ ਦੋ ਸੰਦੇਸ਼ਾਂ ਨੂੰ ਭਾਵੇਂ ਉਹ ਇੱਕ ਹੀ ਸੰਦੇਸ਼ ਹੋਵੇ ਅਤੇ ਦੋ ਜਗ੍ਹਾ ਤੋਂ ਪੜ੍ਹਿਆ ਜਾਵੇ। ਸਭ ਤੋਂ ਖਤਰਨਾਕ ਚੀਜ਼ ਵੀ ਤਾਂ ਇਹ ਵਾਪਰਨ ਵਾਲੀ, ਜੇ ਵਾਪਰੀ ਤਾਂ ਹਾਂ ਥੋੜ੍ਹੀ ਦੇਰ ਬਾਅਦ ਹੋਣ ਵਾਲਾ ਹੈ। ਬਿਲਕੁਲ, ਵੀ ਜੇ ਰਾਸ਼ਟਰਪਤੀ ਇੱਕ ਸੰਦੇਸ਼ ਦੋ ਸਟੇਜਾਂ ਤੋਂ ਪੜ੍ਹ ਗਏ ਹਾਂਜੀ, ਤਾਂ ਫਿਰ ਸਾਡੇ ਪੱਲੇ ਕੀ ਹੈ? ਬਿਲਕੁਲ, ਔਰ ਜੇ ਦੋ ਅਲੱਗ ਅਲੱਗ ਸਟੇਜ ਪੜ੍ਹੇ ਜਾਂ ਅਲੱਗ ਅਲੱਗ ਜਿਹੜੇ ਹੈਗੇ ਨੇ ਸੰਦੇਸ਼ ਪੜ੍ਹੇ ਜਾਂਦੇ ਨੇ, ਹਾਂ, ਅਤੇ ਉਹਦੇ ਤੋਂ ਬਾਅਦ ਸਵਾਲ ਇਹ ਪੈਦਾ ਹੋਏਗਾ ਕਿ ਜਿਹੜਾ ਸੰਦੇਸ਼ ਸਿੱਖ ਕੌਮ ਦਾ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਪੜ੍ਹਨਗੇ ਉਹ ਸੰਦੇਸ਼ ਕਿਹਦੇ ਲਈ ਹੈ? ਨਹੀਂ, ਉਹ ਸੰਦੇਸ਼ ਪੜ੍ਹਨਗੇ, ਇੱਕ ਹੀ ਪੜ੍ਹਨਗੇ ਅਤੇ ਇੱਕ ਜਗ੍ਹਾ ਹੀ ਪੜ੍ਹਨਗੇ, ਕਿਉਂਕਿ ਉਹਨਾਂ ਨੇ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦੀ ਪਰੰਪਰਾ ਹੈ, ਇਹਨਾਂ ਮੌਕਿਆਂ 'ਤੇ ਸਟੇਜ ਸ਼੍ਰੋਮਣੀ ਕਮੇਟੀ ਦੀ ਹੁੰਦੀ। ਅਤੇ ਸਿੰਘ ਸਾਹਿਬ ਨੂੰ ਇਹ ਵੀ ਯਾਦ ਕਰਾ ਦਈਏ ਜੀ ਵੀ ਜਿਹੜੀ ਸਟੇਜ ਡੇਰਾ ਬਾਬਾ ਨਾਨਕ 'ਚ ਲੱਗੀ ਸਰਕਾਰ ਵਾਲੀ ਜੀ, ਉਹ ਤਾਂ ਸ਼੍ਰੋਮਣੀ ਕਮੇਟੀ ਦੇ ਨਹੀਂ ਸੀ। ਬਿਲਕੁਲ, ਉਹ ਵੀ ਸ਼੍ਰੋਮਣੀ ਕਮੇਟੀ ਨੇ ਚਲਾਈ। ਬਿਲਕੁਲ, ਅਤੇ ਜੇ ਸ਼੍ਰੋਮਣੀ ਕਮੇਟੀ ਨੂੰ ਇਹ ਕਹਿ ਦਿੰਦੇ ਕਿ ਆਹ ਵੀ ਆਪਣੀ ਆ ਪੰਜਾਬ ਸਰਕਾਰ ਦੇ ਜਿਹੜੀ ਸਟੇਜ ਆ ਲੋਕਾਂ ਦੇ ਪੈਸੇ ਦੀ ਆ, ਬਿਲਕੁਲ ਇਹ ਤੁਸੀਂ ਚਲਾ ਲਓ, ਬਿਲਕੁਲ ਕੀ ਮੁਸ਼ਕਲ ਸੀ? ਦੋਵਾਂ ਦੀ ਹਉਮੈ ਰਹਿ ਜਾਂਦੀ। ਉਹ ਇੱਕ ਅੰਤਰਰਾਸ਼ਟਰੀ ਸਟੇਜ ਸੀ ਜੀ, ਜਿੱਥੇ ਵਿਦੇਸ਼ਾਂ ਦੇ ਹਜ਼ਾਰਾਂ ਸਿੱਖ ਬੈਠੇ ਸਨ ਜੀ, ਜਿੱਥੇ ਵਿਦੇਸ਼ੀ ਮੀਡੀਆ ਜਿਹੜਾ ਮੌਜੂਦ ਸੀ ਪਾਕਿਸਤਾਨ 'ਚ, ਪਾਕਿਸਤਾਨ ਦੇ ਵਿੱਚ, ਔਰ ਉਹ ਐਸਾ ਮੀਡੀਆ ਸੀ ਜਿਨ੍ਹਾਂ ਨੇ ਨਾ ਇਮਰਾਨ ਖਾਨ ਦਾ ਭਾਸ਼ਣ ਕੱਟਿਆ ਜੀ, ਨਾ ਨਵਜੋਤ ਸਿੱਧੂ ਦਾ ਭਾਸ਼ਣ ਕੱਟਿਆ, ਅਤੇ ਨਾ ਹੀ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਭਾਸ਼ਣ ਉਹਨਾਂ ਨੇ ਕੱਟਿਆ ਜਾਂ ਸੈਂਸਰ ਕੀਤਾ ਜੀ। ਲੇਕਿਨ ਇਹ ਜੋ ਕੁਝ ਇੱਥੇ ਹੋਏਗਾ ਉੱਥੇ ਇਹ ਹੋਏਗਾ ਕਿ ਇਹ ਮੇਰਾ ਮੀਡੀਆ ਆ ਅਤੇ ਮੇਰੇ ਭਾਸ਼ਣ ਨੂੰ ਦਿਖਾਏਗਾ, ਤੁਹਾਡੇ ਨੂੰ ਨਹੀਂ ਦਿਖਾਏਗਾ। ਹੋਰ ਜ਼ਿਆਦਾ ਕਿ ਕਿਹੜਾ ਭਾਸ਼ਣ ਕਿੰਨੇ ਲਿਖਿਆ ਹਾਂ, ਅਤੇ ਕਿੰਨੇ ਬੋਲਿਆ, ਕਿੰਨੇ ਪੜ੍ਹਿਆ, ਉੱਥੇ ਸਥਿਤੀ ਵੱਖਰੀ ਸੀ, ਉੱਥੇ ਜਜ਼ਬਾਤ ਉਬਲਦੇ ਪਏ ਸੀ, ਬਿਲਕੁਲ ਜਜ਼ਬਾਤ ਛਲਕਦੇ ਪਏ ਸੀ, ਬਿਲਕੁਲ। ਔਰ ਇੱਥੇ ਕੀ ਹੋਣਾ ਕਿ ਦਿਮਾਗ ਚੱਲਦੇ ਪਏ ਨੇ, ਔਰ ਇਹਨਾਂ ਦਿਮਾਗਾਂ ਨੇ ਜੋ ਘੜਿਆ ਹੈ ਇਹ ਆਮ ਸਿੱਖ ਲਈ ਇੱਕ ਬਦਨਾਮੀ ਦਾ ਕਾਰਨ ਤੇ ਬਣ ਸਕਦਾ ਹੈ। ਬਿਲਕੁਲ, ਕਿਉਂਕਿ ਜੇ ਮੰਨ ਲਓ ਕਿ ਰਾਸ਼ਟਰਪਤੀ ਦੋ ਪਾਸੇ ਜਾਂਦਾ ਹੈ ਤੇ ਰਾਸ਼ਟਰਪਤੀ ਦੇ ਨਾਲ ਪੂਰੇ ਦੇਸ਼ ਦੇ ਵਿੱਚ ਇੱਕ ਮੈਸੇਜ ਆਉਂਦਾ ਹੈ ਕਿ ਸਿੱਖ ਤਾਂ ਵੰਡੇ ਪਏ, ਬਿਲਕੁਲ ਗੁਰੂ ਨਾਨਕ ਦੀ ਇੱਕ ਦਿਨ ਨੂੰ ਦੋ ਧਿਰਾਂ ਮਨਾ ਰਹੀਆਂ, ਬਿਲਕੁਲ, ਤੇ ਦੋ ਧਿਰਾਂ ਤੇ ਮਨਾ ਹੀ ਨਹੀਂ ਰਹੀਆਂ, ਆਮ ਸਿੱਖ ਤੇ ਵੰਡਿਆ ਹੈ ਹੀ ਨਹੀਂ। ਬਿਲਕੁਲ, ਵੰਡਣ ਵਾਲਿਆਂ ਨੂੰ ਥੋੜ੍ਹੀ ਬਹੁਤੀ ਤਾਂ ਲੱਜਾ ਆਉਣੀ ਚਾਹੀਦੀ ਹੈ ਕਿ ਨਹੀਂ? ਜੀ ਜੀ, ਇਹ ਬਹੁਤ ਅਹਿਮ ਆ ਕਿ ਪੰਜਾਬ ਦੇ ਲੋਕ ਖੜੇ ਕਿਉਂ ਨਹੀਂ ਹੁੰਦੇ ਇਹਨਾਂ ਮਸਲਿਆਂ ਤੇ, ਚੁੱਪ ਚਪੀਤੇ ਸਹਿ ਕਿਉਂ ਰਹੇ ਆ? ਸਾਲਾਂ ਤੋਂ ਸਾਡੇ ਇਤਿਹਾਸ ਬਾਰੇ ਕਿਹਾ ਜਾਂਦਾ ਕਿ ਅਸੀਂ ਜੁਝਾਰੂ ਹਾਂ, ਅਸੀਂ ਖਲੋ ਜਾਂਦੇ ਹਾਂ, ਅਸੀਂ ਦੂਜਿਆਂ ਲਈ ਇੱਜ਼ਤ ਮਾਣ ਲਈ ਖੜੇ ਹੁੰਦੇ, ਤੇ ਜਦੋਂ ਘਰ ਤੁਹਾਨੂੰ ਸਾਲਾਂ ਤੋਂ ਲੁੱਟਿਆ ਜਾ ਰਿਹਾ, ਸਾਲਾਂ ਤੋਂ ਤੁਹਾਡੀਆਂ ਭਾਵਨਾਵਾਂ ਦਾ ਕੋਈ ਖਿਆਲ ਹੀ ਨਹੀਂ ਕਰਦਾ, ਤੇ ਫਿਰ ਹੋਰ ਵਿਰੋਧ ਕਦੋਂ ਕਰੋਗੇ? ਬਿਲਕੁਲ, ਧੱਕੇ ਕੰਧ ਨਾ ਲਾਏ ਲੋਕ ਹੁਣ ਅੱਗੋਂ ਕੁਸਕਣ ਤੇ ਸਹੀ ਮਾੜੇ ਮੋਟੇ, ਕਿ ਹੁਣ ਕਿਹੜੀ ਹੋਰ ਸਾਤਲ 'ਚ ਗਰਕਣਾ ਅਸੀਂ? ਔਰ ਦੇਖੋ ਜਦੋਂ ਫਿਰ ਤੁਹਾਨੂੰ ਉਹ ਲਾਈਨਾਂ ਉਹ 17 ਯਾਦ ਆਉਣਗੀਆਂ ਜੀ ਕਿ ਹਿੰਦ ਕੋ ਇੱਕ ਫਲਸਫੇ ਖਿਆਲੀ ਫਲਸਫੇ ਵੇ ਨਾਜ ਥਾ ਜੀ। ਹੁਣ ਇਹ ਜੋ ਕੁਝ ਪੜ੍ਹਿਆ ਜਾਏਗਾ, ਲਿਖਿਆ ਹੋਇਆ ਪੜ੍ਹਿਆ ਜਾਏਗਾ, ਤੇ ਇਹ ਖਿਆਲੀ ਫਲਸਫੇ ਤੋਂ ਵੱਧ ਕੁਛ ਨਹੀਂ ਹੋਏਗਾ। ਬਿਲਕੁਲ, ਫਿਰ ਉਹ ਅਗਲੀ ਰਾਇ ਵੀ ਤੁਹਾਨੂੰ ਯਾਦ ਕਰਨਾ ਕਿ ਇੱਕ ਮਰਦੇ ਕਾਮਲ ਨੇ ਜਗਾਇਆ ਖੁਆਬ ਸੇ, ਕਿ ਉਸ ਮਰਦੇ ਕਾਮਲ ਨੇ ਇਸ ਸੰਸਾਰ ਨੂੰ ਇੱਕ ਸੁਪਨੇ ਚੋਂ ਬਾਹਰ ਕੱਢਿਆ ਸੀ ਜੀ। ਅੱਜ ਅਸੀਂ ਫਿਰ ਸੁਪਨਿਆਂ ਦੇ ਡੁੱਬ ਗਏ ਹਾਂ। ਇਸ ਤੋਂ ਵੀ ਸਰਦਾਰ ਸਾਹਿਬ, ਜੇਕਰ ਗੁਰੂ ਨਾਨਕ ਸਾਹਿਬ ਦੀ ਪੂਰੀ ਦੀ ਪੂਰੀ ਉਮਰ ਦਾ ਜਿਹੜਾ ਨਿਚੋੜ ਹੈ ਜੀ, ਭਾਵੇਂ ਉਹ ਗੁਰਬਾਣੀ ਦੇ ਰੂਪ 'ਚ ਹੈ
ਤੇ ਭਾਵੇਂ ਉਹਨਾਂ ਦਾ ਜੀਵਨ ਢੰਗ ਸੀ। ਬਿਲਕੁਲ, ਜਿਸ ਦਾਰਸ਼ਨਿਕ ਗੁਰੂ ਨੇ ਐਡਾ ਮਹਾਨ ਫਲਸਫਾ ਦਿੱਤਾ ਜੀ, ਉਹਦੇ ਇਸ ਮੁਕੱਦਸ ਮੌਕੇ 'ਤੇ ਅਸੀਂ ਬੋਲ ਵੀ ਕੀ ਸਕਦੇ ਹਾਂ? ਕਿਹਦੇ ਕੋਲ ਕੀ ਬੋਲਣ ਲਈ? ਕੋਈ ਦੱਸੇ, ਕੋਈ ਦੱਸੇ, ਕੁਛ ਨਹੀਂ, ਕੋਈ ਦੱਸੇ ਕਿ ਇੱਕ ਮੂਲ ਮੰਤਰ ਨੂੰ, ਕੋਈ ਮੂਲ ਮੰਤਰ ਦੀਆਂ ਦੋ ਪਹਿਲੀਆਂ ਸਤਰਾਂ, ਬਿਲਕੁਲ ਉਹਨਾਂ ਨੂੰ ਕੋਈ ਐਕਸਪਲੇਨ ਕਰ ਦੇ, ਬਿਲਕੁਲ ਕਿਸੇ ਕੋਲ ਸਮਝ ਨਹੀਂ। ਅਤੇ ਮੈਂ ਕਹਿੰਦਾ ਕਿ ਇਹਨਾਂ ਮੌਕਿਆਂ 'ਤੇ ਭਾਸ਼ਣ ਦੀ ਲੋੜ ਕੀ ਸੀ? ਗਲਤ ਗੁਰੂ ਦੀ, ਗੁਰੂ ਦੇ ਐਡੇ ਮਹਾਨ, ਗੁਰੂ ਦੇ ਐਡੀ ਮਹਾਨ ਗੁਰਬਾਣੀ, ਜਿਸ ਬਾਬੇ ਦਾ ਅਜੇ ਤੱਕ ਕੋਈ ਸਾਨੀ ਨਹੀਂ, ਬਿਲਕੁਲ ਦੁਨੀਆ ਕਿੱਥੋਂ ਤੱਕ ਪਹੁੰਚ ਗਈ, ਲੇਕਿਨ ਫਲਸਫੇ ਦੇ ਮਾਮਲੇ 'ਚ ਅੱਜ ਵੀ ਧਰਮਾਂ ਦੇ ਜਦੋਂ ਕੰਪੈਰੇਟਿਵ ਸਟੱਡੀ ਹੁੰਦੀ ਆ, ਅੱਜ ਵੀ ਜਦੋਂ ਮੁਕਾਬਲਤਨ ਅਨੈਲਿਸਿਸ ਹੁੰਦੇ ਆ, ਤੇ ਅੱਜ ਵੀ ਸਿੱਖ ਧਰਮ ਦਾ ਫਲਸਫਾ ਸਭ ਤੋਂ ਨਵਾਂ ਨਕੋਰ ਹੈ। ਬਿਲਕੁਲ, ਅੱਜ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਓਨੀ ਰੈਲੇਵੈਂਟ ਆ, ਓਨੀ ਰਿਲੇਟ ਕਰਕੇ ਦੇਖ ਲਓ ਕਿਸੇ ਵੀ ਖੇਤਰ 'ਚ, ਤੇ ਉਸ ਦਿਨ ਕਿਹਦੇ ਭਾਸ਼ਣ ਵੱਡੇ ਹੋ ਸਕਦੇ ਆ? ਅੱਜ ਦਾ ਦਿਨ ਤਾਂ ਬਾਬੇ ਦੀ ਬਾਣੀ ਗਾਉਣ ਦਾ ਦਿਨ ਸੀ। ਬਿਲਕੁਲ, ਔਰ ਅੱਜ ਵਾਕਿਆ ਹੀ ਕਿਤੇ ਮਰਦਾਨੇ ਦੀ ਉਹ ਰਬਾਬ ਸੁਣਨ ਦਾ ਮੌਕਾ ਸੀ ਜੀ, ਕਿ ਤੁਸੀਂ ਉਸ ਰਬਾਬ ਦੀ ਧੁਨ ਨੂੰ ਦੁਬਾਰਾ ਸਮਝਦੇ ਜੀ, ਕਿ ਕਿੱਥੇ ਕੋਈ ਆਪਸੀ ਜੀ ਨਿੱਜੀ ਸੰਬੰਧ ਨਹੀਂ ਹੈ, ਇਲਾਹੀ ਬੋਲ ਆ ਰਹੇ ਨੇ, ਬਾਬਾ ਉਚਾਰ ਰਿਹਾ ਅਤੇ ਮਰਦਾਨਾ ਬਿਨਾਂ ਉਹਦੇ ਨਾਲ ਪੂਰਾ ਸਾਥ ਦੇ ਰਿਹਾ। ਕਿਸੇ ਦੀ ਆਵਾਜ਼ ਨੂੰ ਸਾਜ ਦੇ ਅੰਦਰ ਉਤਾਰ ਦੇਣਾ, ਇਹ ਵੀ ਤਾਂ ਇੱਕ ਸੀਗੀ। ਇਸੇ ਕਰਕੇ ਸ਼ਬਦ ਕੀਰਤਨ ਵਰਤਿਆ ਗਿਆ, ਜਿਹੜਾ ਅੰਦਰ ਨੂੰ ਇੱਕ ਵਾਰੀ ਚੀਰ ਕੇ ਸਮਾ ਜਾਵੇ ਜੀ। ਲੇਕਿਨ ਅਸੀਂ ਕੀ ਦੇਣ ਲੱਗੇ ਹਾਂ? ਉੱਥੇ ਜਿੰਨੇ ਵੀ ਬੁਲਾਰੇ ਹੋਣਗੇ, ਮਾਫ ਕਰਨਾ, ਉਹ ਬਾਹਾਂ ਉਲਾਰ ਉਲਾਰ ਕੇ ਭਾਸ਼ਣ ਹੀ ਦੇਣਗੇ। ਅਸੀਂ ਤਾਂ ਦੇਣ ਲੱਗੇ ਹਾਂ ਬਹੁਤ ਕੁਛ, ਵੱਖਰੇਵੇਂ ਵੱਖਰੇਵੇਂ। ਅਸੀਂ ਤਾਂ 550 ਸਾਲ ਪਹਿਲਾਂ ਜਿਹੜੀ ਚਾਦਰ ਵੰਡੀ ਸੀ, ਬਿਲਕੁਲ, ਤੇ ਅੱਜ ਅਸੀਂ ਬਾਬੇ ਦੀ ਵੇਈ ਦੇ ਇੱਕ ਬੰਨੇ ਇੱਕ ਧਿਰ ਬੈਠੀ, ਦੂਜੇ ਬੰਨੇ ਦੂਜੇ ਬੈਠੀ। ਉਹ ਤਾਂ ਦੋ ਵੱਖ ਵੱਖ ਫਿਰਕਿਆਂ ਦੇ ਲੋਕ ਸੀ, ਇੱਕ ਮੁਸਲਮਾਨ ਸੀ, ਦੂਜੇ ਹਿੰਦੂ ਸੀ ਜੀ। ਇਹ ਤਾਂ ਬਾਬੇ ਦੇ ਸਾਰੇ ਆਪਣੇ ਪੈਰੋਕਾਰ ਨੇ, ਬਿਲਕੁਲ, ਇਹ ਤੇ ਬਾਬੇ ਦੇ ਅਨੁਯਾਈ ਨੇ, ਇਹ ਉਹ ਨੇ ਜਿਹੜੇ ਕਹਿੰਦੇ ਅਸੀਂ ਵੱਡੇ ਸਿੱਖ, ਬਿਲਕੁਲ ਦੋਨੇ ਤਰ੍ਹਾਂ ਕਹਿ ਰਹੀਆਂ। ਲੇਕਿਨ ਇਹ ਉਹ ਨੇ ਜਿਹੜੇ ਕਿ ਕਿਤੇ ਨਾ ਕਿਤੇ ਹਿੱਤਾਂ ਖਾਤਰ ਵੰਡੇ ਹੋਏ ਨੇ, ਨਿੱਜੀ ਹਿੱਤਾਂ ਕਰਕੇ, ਉਹ ਸੱਤਾ ਕਰਕੇ, ਨਿੱਜੀ ਹਿੱਤਾਂ ਕਰਕੇ ਵੰਡੇ ਹੋਏ ਨੇ। ਉਹ ਆਪਣੇ ਅਕੀਦੇ ਅਨੁਸਾਰ ਸਨ ਜੀ, ਉਹ ਆਪਣੇ ਅਕੀਦੇ ਅਨੁਸਾਰ ਸਨ, ਉਹ ਬਾਬੇ ਨੂੰ ਆਪਣਾ ਮੰਨਦੇ ਸਨ, ਇੱਕ ਕਹਿੰਦਾ ਸੀ ਸਾਡਾ ਫਕੀਰ, ਦੂਜੇ ਕਹਿੰਦੇ ਸੀ ਸਾਡਾ। ਬਹੁਤ ਸਾਰੇ ਐਸਡੇ ਜਿਹੜੇ ਵੀਡੀਓ ਜਿਹੜੀਆਂ ਚੱਲਦੀਆਂ ਪਈਆਂ ਨੇ, ਉਹਦੇ 'ਤੇ ਦੋ ਤਿੰਨ ਇਸਲਾਮ ਨਾਲ ਜੁੜੇ ਹੋਏ ਲੋਕ ਵੀ ਜਿਹੜੇ ਨੇ, ਉਹ ਕਹਿੰਦੇ ਕਿ ਤੁਹਾਡਾ ਅਤੇ ਬਾਬਾ ਕਦੋਂ ਸੀ, ਸਾਡਾ ਤਾਂ ਪਹਿਲਾਂ ਸੀ ਅਤੇ ਅੱਜ ਵੀ ਹੈ। ਮੈਂ ਕਿਹਾ ਸਾਡੇ ਇੱਕ ਇੱਥੋਂ ਲੋਕਲ ਜਰਨਲਿਸਟ ਹੈ ਜੀ, ਉਹਨੇ ਇੱਕ ਉਹ ਜਿਹੜੀ ਬੈਟਰੀ ਵਾਲੀ ਗੱਡੀ ਉਹਦੇ ਡਰਾਈਵਰ ਨਾਲ ਇੱਕ ਇੰਟਰਵਿਊ ਕੀਤੀ, ਬਿਲਕੁਲ, ਤੇ ਉਹ ਜਿੰਨੇ ਸ਼ੁੱਧ ਹਾਵ ਭਾਵ ਨਾਲ ਬੋਲ ਰਿਹਾ, ਸਾਡੇ ਤੇ ਇੱਥੇ ਵਿਦਵਾਨਾਂ ਨੂੰ ਬੋਲਣਾ ਨਹੀਂ ਆਉਂਦਾ, ਬਿਲਕੁਲ, ਤੇ ਉਹ ਕਹਿੰਦਾ ਜੀ ਤੁਹਾਡਾ ਬਾਬਾ ਥੋੜੀ ਹੈ, ਹਾਂ ਉਹ ਕਹਿੰਦਾ ਸਾਡਾ ਬਾਬਾ, ਸਾਡਾ ਬਾਬਾ, ਉਹ ਕਹਿੰਦਾ ਜੀ ਸਾਨੂੰ ਤਾਂ ਤੁਸੀਂ ਤਾਂ ਹੁਣ ਆ ਰਹੇ ਹੋ, ਸਾਨੂੰ ਪੁੱਛ ਕੇ ਦੇਖੋ, ਕਹਿੰਦਾ ਮੇਰੇ ਕੋਲ ਤਾਂ ਬੋਲਿਆ ਨਹੀਂ ਜਾਣਾ, ਮੇਰੇ ਤੇ ਜਜ਼ਬਾਤ ਇੰਨੇ ਉੱਛਲਦੇ। ਕਿਉਂ ਜਦੋਂ ਭਾਈ ਗੁਰਦਾਸ ਇਹ ਕਹਿੰਦੇ ਨਾ ਜਾਹਰ ਪੀਰ ਜਗਤ ਗੁਰ ਬਾਬਾ, ਅਤੇ ਜਿਹੜਾ ਪੂਰੇ ਸੰਸਾਰ ਦਾ ਆ ਉਹਨੂੰ ਤੁਸੀਂ ਇੱਕ ਪੰਡਾਲ ਤੱਕ ਜੀ ਕਿਸ ਤਰ੍ਹਾਂ ਸੀਮਤ ਕਰ ਸਕਦੇ? ਇਹ ਕਰਤਾ ਹੈ, ਕਰ ਕਿੱਦਾਂ ਸਕਦੇ? ਜੇ ਤੁਸੀਂ ਕਰ ਰਹੇ ਹੋ ਤਾਂ ਫਿਰ ਇਹਦੇ ਤੋਂ ਜਿਹੜਾ ਨੀਵਾਂਪਣ ਹੈ ਜਾਂ ਤੁਹਾਡੀ ਸੋੜੀ ਸੋਚ ਆ, ਹੋਰ ਕੋਈ ਹੋਰ ਨਹੀਂ ਹੋ ਸਕਦਾ। ਪਰ ਬਾਬਾ ਇਹਨਾਂ ਦਾ ਹੈ ਕਦੋਂ? ਗੁਰੂ ਇਹਨਾਂ ਦਾ ਕਦੋਂ? ਕਿੰਨੇ ਕਹਿਤਾ ਕਿ ਗੁਰੂ ਇਹਨਾਂ ਦਾ? ਬਿਲਕੁਲ, ਜਿਹੜੇ ਵੰਡਣ ਤੁਰ ਪਏ, ਬਿਲਕੁਲ, ਜਿਹੜੇ ਸਾਨੂੰ ਦੇਸ਼ ਦੇ ਸਾਹਮਣੇ ਇਸ ਤਰ੍ਹਾਂ ਸ਼ੋਅ ਕਰ ਰਹੇ ਆ, ਦਿਖਾ ਰਹੇ ਆ ਜੀ, ਉਹ ਸਾਡੇ ਕਦੋਂ ਤੇ ਸਾਡੇ ਬਾਬੇ ਦੇ ਕਦੋਂ? ਦੂਸਰੀ ਗੱਲ, ਜਿਹੜੇ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸਵਾਲ ਪੈਦਾ ਕੀਤਾ ਕਿ ਜਿਹੜੇ ਬਾਬੇ ਦੀ ਵੇਈ ਨੂੰ ਹੀ ਗੰਦਾ ਕਰਨ ਤੁਰ ਪਏ ਆ, ਵੀ ਇਹ ਕਿਹੜੇ ਬਾਬੇ ਦੇ ਮਤਲਬ ਪੈਰੋਕਾਰ ਨੇ, ਫਿਰ ਕਿਹੜੇ ਬਾਬੇ ਦੇ ਵਾਰਸ ਨੇ? ਅੱਜ ਦਾ ਦਿਨ ਬੜਾ ਹੀ ਵੱਡਾ ਦਿਨ ਹੈ, ਔਰ ਸਹੀ ਮਾਨਿਆਂ 'ਚ ਅੱਜ ਦੇ ਦਿਨ ਦੀ ਸ਼ੁਰੂਆਤ ਵੀ ਇੰਝ ਕੀਤੀ ਹੈ ਕਿ ਇਸ ਤੋਂ ਬਾਅਦ ਸਾਡਾ ਜੀਵਨ ਦੁਬਾਰਾ ਇਸ ਤਰ੍ਹਾਂ ਦੇ ਦਿਨ ਨੂੰ ਨਹੀਂ ਦੇਖੇਗਾ। ਕਈ ਦੋਸਤਾਂ ਮਿੱਤਰਾਂ ਨਾਲ ਜਦੋਂ ਇੱਕ ਦੂਜੇ ਨਾਲ ਵਧਾਈਆਂ ਦਾ ਸਿਲਸਿਲਾ ਹੋਇਆ ਜੀ, ਕਿਉਂਕਿ ਸਾਡੀਆਂ ਰਸਮਾਂ ਨੇ ਛੋਟੀਆਂ ਛੋਟੀਆਂ, ਗੁਰਪੁਰਬ ਦੀ ਵਧਾਈ ਆਮ ਬਣਦੀ ਹੈ, ਬਿਲਕੁਲ, ਔਰ ਹਰੇਕ ਦਾ ਇੱਕ ਹੀ ਵੀ ਆਪਣੀ ਜ਼ਿੰਦਗੀ 'ਚ ਇਹ ਦਿਨ ਦੁਬਾਰਾ ਨਹੀਂ ਆਉਣਾ ਜੀ, ਆਪਾਂ 600 ਸਾਲ ਦੇ ਵਿੱਚ ਨਹੀਂ ਹੋਣਾ, ਸਾਡੀ ਸ਼ਾਇਦ ਅਗਲੀ ਪੀੜ੍ਹੀ ਵੀ ਪਤਾ ਨਹੀਂ ਹੋਵੇ ਨਾ ਹੋਵੇ। ਮੇਰੀ ਜ਼ਿੰਦਗੀ 'ਚ ਦੂਸਰਾ ਦਿਨ ਜੀ, 1999 'ਚ ਖਾਲਸੇ ਦੇ 300 ਸਾਲਾਂ ਸਿਰਜਣਾ ਦਿਵਸ ਦੇਖੇ ਜੀ, ਉਸ ਵੇਲੇ ਅਨੰਦਪੁਰ ਸਾਹਿਬ ਡਿਊਟੀ 'ਤੇ ਸਾਂ ਜੀ ਸ਼੍ਰੋਮਣੀ ਕਮੇਟੀ ਵੱਲੋਂ, ਅਤੇ ਉਸ ਵੇਲੇ ਜਦੋਂ ਕਿਤੇ ਬੈਠਦੇ ਸਾਂ ਅਤੇ ਜੋ ਕੁਝ ਹਾਲਾਤ ਸਨ, ਵੀ ਇੱਕ ਪਾਸੇ ਸ਼੍ਰੋਮਣੀ ਕਮੇਟੀ ਦੀ ਸਟੇਜ ਹੈ, ਸਰਕਾਰ ਦੀ ਸਟੇਜ ਹੈ, ਅਤੇ ਦੂਸਰੇ ਪਾਸੇ ਜਥੇਦਾਰ ਗੁਰਚਰਨ ਸਿੰਘ ਟੌਣਾ ਦੀ ਸਟੇਜ ਹੈ, ਅਤੇ ਅਕਸਰ ਕਈ ਵਾਰੀ ਬੈਠੇ ਬੈਠੇ ਮਜ਼ਾਕ ਮਜ਼ਾਕ ਦੇ ਵਿੱਚ ਵੀ ਅਸੀਂ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੂੰ, ਜਿਹੜੇ ਕਿ ਉਸ ਟਾਈਮ 'ਤੇ
तख्त केसगढ़ साहब के जहेदार से ज्ञानी केवल सिंह तलवंडी साबो के जहेदार सन। असी जाण बुझ के कहिंदे सां कि सिंह साहब जे किते इस वेले दसम पातशाह आ जाण ते की मूंह दिखाओगे ते की हालात होणगे। तो गुस्ताखी माफ प्रोफेसर मनजीत सिंह जी हस के कहते हैं कि सब तो पहला सानू लुकना पवेगा कि असी उन्होंने मूँह दिखाने के काबल नहीं हाँ जी। ये एक तलख हकीकत है जी। और अज 1999 तो बाद 2019 है जी। मेरी अपनी जिंदगी दे ये 20 जड़े साल ने मैं उन्होंने वेखदा जदों तो भी अज बाबे का 550वां पंजक प्रकाश पुरब है। बिल्कुल। खबर चलती पई सी बार बार कि असे जिहड़े 10 करोड़ी पंडाल है श्रोमणी कमेटी दा ओहदे विच आखे एसी लगे आ एसी लगे हुण इस इन्हां दिनां च एसी दी ते कोई लोड़ नहीं। बिलकुल। लोग तां समझदे कि थोड़ा कोसा कोसा कुछ होवे उस पंडाल दे विच एसी लाए जा रहे हैं अजे भी काम चल रहा है कल तक जी। वो फिर हुण तंज करन वाली गल आ तंज करन वाली गल गुरु नानक साहब दे इस दिन नूं तुसीं गुरु नानक दी सिख्यावां दे खिलाफ लै चले हो। बिलकुल। ते फिर हुण गाह जावांगे कित्थे इस तों अगे ते भाजी गरकण लई कुछ नहीं बचिया ना। बिलकुल। फिर भी अज इस महान दिन ते इस महान गुरु बाबे दे दिन ते आप सब नूं मुबारकबाद। लेकिन तुसीं अपने ढंग नाल जिवें भी तुहानूं चंगा लगे इस दिन नूं मनाओ दिल ते ना लायो किन्ने क माड़े सुनेहे मिल जाणगे। ये कौम तां भाजी बिल्कुल कंडियां ते आई है। बिल्कुल। ये ते तलवारां दी धार ते चली है। गुरु नानक पातशाह दे संसार आगमन नूं असी प्रकाश दिहाड़ा भी कहिंदे आ असी उहनां दी आमद नूं प्रगट हो भी कहिंदे आ क्योंकि प्रगट उही हो सकदा जिहड़ा इस संसार दे विच समाया होया। बिल्कुल 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 क्योंकि गुरबाणी एक गल दी साखी भरदी है कि आप ही ने आप साजियो आप ही ने रचियो नाओ कर आसन डिठो चाओ कि वो संसार का जिहड़ा रचनहारा उन इस संसार साज के विच आप बैठ गया। चलो रल के मनाउने आ बाबे दा दिन मेहरबानी।